2-2.5 लाख महीना पहुंच जाता है। हाँ जी माशाल्लाह वल तो सही रहो। अस्सलाम वालेकुम दोस्तों, क्या हाल चाल है जी? खैर खैर या ठीक ठाक? उम्मीद करें तुसा ठीक हो सो ते तंदुरुस्त हो सो। अल्लाह ताला तो को आबाद रखे, शाद रखे, कामयाबियां देवे। भाई जान आज एक नवी गड्डी ते नवा उस्ताद ते नवा इंटरव्यू, बेहतरीन गड्डी, खूबसूरत गड्डी, इंशाल्लाह तो को गड्डी पसंद आसी। ये गड्डी देखो और ये गड्डी दे उस्ताद इन मालिक इन जो इन इन्हें नाल हाल विला करें ते तुहाडे नाल शेयर करें नाल रवा है। और जेड़े दोस्तों चैनल सबसक्राइब नहीं किया चैनल ही सबसक्राइब कर गिनाए, बहुत मेहरबानी जनाब। अस्सलाम वालेकुम उस्ताद जी। वालेकुम अस्सलाम जी। उस्ताद जी क्या हाल चाल है? ठीक ठाक, शुक्र अल्लाह पाक दा करम है जी। उस्ताद जी क्या नाम है अपना? मेरा नाम मोहम्मद फखर जी। मोहम्मद फखर कैसे हो? खैर खैरियत? खैर शुक्र अल्लाह जी। मोहम्मद फखर कितने अपना इलाका कितना? अपना इलाका जी जिला विहाड़ी, तहसील बुरेवाला, चक नंबर 217 ईबी। माशाल्लाह माशाल्लाह। मोहम्मद फखर ये गड्डी अपनी है या ड्राइवर ही वे? नहीं अपनी है जी। माशाल्लाह खुशी थी, ये अल्लाह ताला ते कामयाबी देवे जनाब। ए भाई जान केड़ी गड्डी है? ये एफबी हिनो है जी। एफबी हिनो, कितनी फुटी बॉडी है इनोते? ये 16 फुटी बॉडी है जी। 16 फुटी, 4 सिलेंडर? हां जी 4 सिलेंडर। टायर केड़े न? टायर दे 8-5-16 दे जी। 8-5-16 दे टायर जी, 16 फुटी बॉडी जी, 4 सिलेंडर। एफबी 1 ने 2 है? ए 2 है जी। एफबी 2 है। ए भाई जान किड्डे चले दे वे? ਇਹ ਅਸੀਂ ਆਲ ਪਾਕਿਸਤਾਨ 'ਚ ਲੈਂਦੇ ਹਾਂ ਜੀ, ਜਿੱਥੋਂ ਦਾ ਮਾਲ ਮਿਲ ਜਾਵੇ, ਮਾਲ ਮਿਲ ਜਾਵੇ ਜਿੱਥੇ ਸੀਜ਼ਨ ਚੱਲਦਾ ਪਿਆ ਜੀ, ਜਿੱਥੇ ਸੀਜ਼ਨ ਚੱਲਦਾ ਪਿਆ। ਅੱਛਾ ਇਹ ਦੱਸੋ ਤੁਸੀਂ ਇਹ ਡੀਜ਼ਲ ਦੀ ਕਿਆ ਐਵਰੇਜ ਦਿੰਦੀ ਹੈ? ਡੀਜ਼ਲ ਦੀ 1 ਲੀਟਰ 9 ਕਿਲੋਮੀਟਰ ਕਰ ਜਾਂਦੀ ਹੈ ਜੀ। ਮਾਸ਼ਾਅੱਲਾ 9 ਕਿਲੋਮੀਟਰ ਨਾਲ ਕਰ ਜਾਂਦੀ ਹੈ। ਅੱਛਾ ਬਾਈ ਜਾਨ ਕਿੰਨੇ ਅਰਸੇ ਤੋਂ ਹੈ ਆਪਣੇ ਕੋਲ ਗੱਡੀ? ਇਹ ਆਪਣੇ ਦਾ 4 ਮਹੀਨੇ ਹੋ ਗਏ ਜੀ। 4 ਮਹੀਨੇ? ਇੱਕ ਬਣਵਾਈ ਤੁਸੀਂ ਜਾਂ ਬਣੀ ਬਣਾਈ ਕੀਤੀ? ਨਹੀਂ ਬਣੀ ਬਣਾਈ ਕੀਤੀ ਹੈ ਜੀ। ਬਣੀ ਬਣਾਈ ਕੀਤੀ ਹੈ, ਕਿਤਨੇ ਦੀ ਕੀਤੀ ਹੈ ਬਾਈ ਜਾਨ? ਇਹ 35 ਲੱਖ ਦੀ ਕੀਤੀ ਹੈ ਜੀ। 35 ਲੱਖ ਕੈਸ਼? ਕੈਸ਼ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਤੇਰੇ ਨਸੀਬ ਕਰੇ। ਇਹ ਕਿੰਨੇ ਮਹੀਨੇ ਦੇ ਸੇਵੇ? 4 ਜੀ। 4 ਮਹੀਨੇ ਤੋਂ ਚੱਲਦੇ ਪਏ ਵੇ ਜਾਂ ਲਗਾਤਾਰ? ਹਾਂ ਚੱਲਦੇ ਪਏ ਲਗਾਤਾਰ। ਇਹਦੀ ਕਿਆ ਕੋਈ ਇਨਕਮ ਸ਼ਿਨਕਮ ਦੇ ਬਾਰੇ? ਇਸ ਵਾਸਤੇ ਤੁਹਾਡੇ ਕੋਲ ਪੁੱਛਦੇ ਪਏ, ਮਹਿਸੂਸ ਨਾ ਕਰੇ ਸੋ। ਸਾਡੇ ਦੋਸਤ ਜਿਹੜੇ ਗੱਡੀਆਂ ਗਿਣਨਾ ਚਾਹੁੰਦੇ ਨਾ ਜੀ, ਬਾਹਰੋਂ ਆਉਂਦੇ ਨੇ, ਮਿਹਨਤ ਮਜ਼ਦੂਰੀ ਕਰਦੇ, ਉਹ ਵੱਲ ਗੱਡੀਆਂ ਗਿਣਨਾ ਚਾਹੁੰਦੇ ਜੀ। ਅੱਲਾ ਖਾਇਆ ਕਰੇ ਜੇ ਕੰਮ ਰੇਟ ਦਾ ਤਾਂ ਫਿਰ ਠੀਕ ਰਹਿ ਜਾਂਦਾ ਕੰਮ ਮਾਸ਼ਾਅੱਲਾ, ਅਤੇ ਹੁਣ ਮੰਦਾ ਨੇ ਫਿਰ ਚੰਗੇ ਵੀ ਅਸੀਂ ਇਨਸ਼ਾਅੱਲਾ। ਜੀ ਜੀ ਬਿਲਕੁਲ, 2-2.5 ਲੱਖ ਪਹੁੰਚ ਜਾਂਦਾ ਮਹੀਨਾ ਇਨਸ਼ਾਅੱਲਾ। 2-2.5 ਲੱਖ ਮਹੀਨਾ ਪਹੁੰਚ ਜਾਂਦਾ? ਪਹੁੰਚ ਵੈਂਦੇ? ਹਾਂਜੀ ਮਾਸ਼ਾਅੱਲਾ ਵੱਲ ਤਾਂ ਸਹੀ ਰੋਜ਼ੀ ਹੈ। ਹਾਂਜੀ ਸ਼ੁਕਰ ਅੱਲਾ ਪਾਕ ਦੀ। ਅੱਛਾ ਕੋਈ ਕੰਡੀਆਂ ਸ਼ੰਡੀਆਂ ਦੇ ਪ੍ਰੋਬਲਮ ਤਾਂ ਨਹੀਂ ਥਿੰਦਾ? ਨਹੀਂ ਨਹੀਂ ਸਾਨੂੰ ਕੋਈ ਨਹੀਂ ਥਿੰਦਾ ਜੀ, ਕੰਡੀਆਂ ਸ਼ੰਡੀਆਂ ਕਿਸੇ ਕਿਸਮ ਦਾ? ਨਾ ਕਿਸੇ ਕਿਸਮ ਕੋਈ ਟੈਨਸ਼ਨ, ਰੋਡ ਤੇ ਕੋਈ ਹੋਰ ਪਰੇਸ਼ਾਨੀ? ਨਾ ਕੋਈ ਟੈਨਸ਼ਨ? ਕੋਈ ਪਰੇਸ਼ਾਨੀ ਟੈਨਸ਼ਨ ਨਹੀਂ ਕਿਸੇ ਕਿਸਮ ਦੀ? ਨਾ। ਨਾਲ ਡਰਾਈਵਰ ਹੈ ਜਾਂ? ਨਹੀਂ ਡਿਆਰ ਡਰਾਈਵਰ ਹੈ ਜੀ। ਡਰਾਈਵਰ ਰੱਖਿਆ ਹੋਇਆ ਜੀ ਜਾਂ ਕੋਈ ਰਿਸ਼ਤੇਦਾਰ? ਨਹੀਂ ਨਹੀਂ ਡਰਾਈਵਰ 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 ਹੈ। ਕਿਆ ਤਨਖਾਹ ਸ਼ਨਖਾਹ ਕਹਿੰਦਾ ਪੇ? ਤਨਖਾਹ ਇਹਨੂੰ ਦੇ ਰਹੀ ਜੀ 13,000। ਮੁੰਡਾ ਇਹਦਾ ਵਾਂ ਕਿੰਡਰ, ਡਰਾਈਵਰ ਵੀ ਕਿੰਡੀ ਵੀ ਕਰਦਾ, ਡਰਾਈਵਰੀ ਵੀ ਕਰਦਾ ਜੀ। ਪਹਿਲੇ ਤੁਸੀਂ ਕਿਆ ਕਰਦੇ ਆਵੇ ਭਾਈ? ਪਹਿਲੇ ਮੈਂ ਡਰਾਈਵਰੀ ਕਰਦਾ ਸੀ। ਪਹਿਲੇ ਡਰਾਈਵਰੀ ਕਰਦੇ ਆਵੇ, ਹੁਣ ਆਪਣੀ ਗੱਡੀ ਕਿੱਥੇ? ਹੁਣ ਆਪਣੀ ਗੱਡੀ ਕਿੱਥੇ? ਡਰਾਈਵਰੀ ਇਹ ਸੁੱਖੇ ਆਵੇ ਜਾਂ ਆਪਣੀ ਗੱਡੀ ਤੇ ਸੁੱਖੇ ਆਵੇ? ਬਸ ਡਰਾਈਵਰ ਜੀ ਵੀ ਸੁੱਖੀ ਸੀ, ਆਪਣੀ ਗੱਡੀ ਸੁੱਖੀ ਹੈ। ਮਾਸ਼ਾਅੱਲਾ, ਯਾਨੀ ਕਿ ਅੱਲਾ ਦਾ ਸ਼ੁਕਰ ਹੈ, ਬੰਦੇ ਕੋਲ ਰੱਬ ਦਾ ਸ਼ੁਕਰ ਹੀ ਅਦਾ ਕਰਨਾ ਚਾਹੀਦਾ। ਡਰਾਈਵਰੀ ਇਹ ਚਾਹਤੇ ਤਾਂ ਵੀ ਖੁਸ਼ਹਾਲ ਆ ਸੇ। ਹਾਂਜੀ ਜੀ। ਅਗਰ ਅੱਲਾ ਤਾਲਾ ਨੇ ਕਰਮ ਕੀਤੇ ਆਪਣੀ ਦੇ ਦਿੱਤੀ ਹੈ ਤਾਂ ਵੀ ਖੁਸ਼ਹਾਲ ਹੈ। ਮਾਸ਼ਾਅੱਲਾ, ਅੱਲਾ ਤੇਰੇ ਨਸੀਬ ਕਰੇ ਬਾਈ ਜਾਨ ਜੀ। ਬਹੁਤ ਖੁਸ਼ੀ ਤਈਏ ਤੁਹਾਡੀ ਗੱਡੀ ਦੇਖ ਕੇ, ਮੇਰੇ ਦਿਲ ਕੋ ਲੱਗੀ ਹੈ ਗੱਡੀ। ਅੱਲਾ ਤੇਰੇ ਨਸੀਬ ਕਰੇ, ਬਦ ਨਜ਼ਰ ਤੋਂ ਬਚਾਵੇ। ਆਮੀਨ। ਬਹੁਤ ਹੀ ਖੂਬਸੂਰਤ ਗੱਡੀ ਹੈ ਤੇ ਅੱਲਾ ਤਾਲਾ ਤੇਰੇ ਨਸੀਬ ਕਰੇ, ਦੁਆਵਾਂ ਤੇਰੇ ਵਾਸਤੇ ਢੇਰ ਢੇਰ। ਠੀਕ ਹੋ ਗਿਆ। ਔਰ ਜਿਹੜੇ ਦੋਸਤ ਗੱਡੀਆਂ ਗਿਣਨਾ ਚਾਹਨੇ ਉਹਨਾਂ ਵਾਸਤੇ ਸੋਚ ਸਮਝ ਤੇ ਪੈਗਾਮ ਲਿਵਾਏ, ਐਫ ਬੀ ਮਜ਼ਦਾ 3570 ਕਿਹੜੀ ਗੱਡੀ ਗਿਣਨੀ ਚਾਹੀਦੀ ਹੈ? ਰੋਜ਼ੀ ਹੱਕ 70 ਵੀ ਠੀਕ ਹੈ ਜੀ, ਐਫ ਬੀ ਵੀ ਠੀਕ ਹੈ। ਐਫ ਬੀ ਵੀ ਠੀਕ ਹੈ, 70 ਵੀ ਠੀਕ ਹੈ। 70 ਦਾ ਇੰਦਾ ਦਾ ਅੱਜ ਕੱਲ ਕਿਆ ਰੇਟ ਹੋ ਸੀ? ਚੰਗੀ ਗੱਡੀ ਜਿਵੇਂ ਤੇਰੀ ਗੱਡੀ ਹੈ, ਅਗਰ ਇਹ 70 ਆਉਂਦੀ ਹਾਂਜੀ ਤਾਂ ਇਤਨੇ ਦੀ ਗੱਡੀ ਇਹੋ ਜਿਹੀ ਗੱਡੀ 65-70 ਲੱਖ ਦੀ ਹੋਣੀ ਸੀ। 65-70 ਲੱਖ ਦੀ ਆਉਣੀ ਹੈ ਤੇ ਇਹ ਤੁਸੀਂ 35 ਦੀ ਕੀਤੀ ਹੈ ਜੀ। 35 ਤੇ 35-70, ਯਾਨੀ ਕਿ ਅੱਧਾ ਅੱਧ ਰੇਟ ਦਾ ਫਰਕ ਹੈ। ਹਾਂਜੀ ਅੱਧਾ ਰੇਟ ਦਾ ਫਰਕ ਹੈ ਜੀ। ਉਸਤਾਦ ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਥੋੜਾ ਸਾ ਕੋ ਟਾਈਮ ਦਿੱਤੇ। ਕੋਈ ਟੈਨਸ਼ਨ, ਔਰ ਇਹ ਤੁਹਾਡੀ ਮੁਹੱਬਤ ਹੈ ਤੁਹਾਡੇ ਵਾਸਤੇ ਢੇਰ ਦੁਆਵਾਂ ਹੈ ਜੀ। ਔਰ ਕਾਫੀ ਮੈਂ ਗੱਡੀਆਂ ਦਿੱਤੀਆਂ ਐਫਬੀਆਂ, ਮੈਂ ਵੀ ਬਹੁਤ ਚਲਾਇਆ, ਹੁਣ ਵੀ ਅਸਾਂ ਐਫਬੀ ਵੇਚ ਕੇ ਉਹ ਸੀਜ਼ੋ ਕੀਤੀ ਹੈ। ਤਕੜੀ ਐਫਬੀ ਆਈ ਸਾਡੀ, ਟਾਈਮ ਦੇ ਮਰਜ ਤੇ ਚਲਦੀ ਰਹਿ ਗਈ ਹੈ। ਤਕੜੀਆਂ ਤਕੜੀਆਂ ਐਫਬੀਆਂ ਦਿੱਤੀਆਂ, ਮਗਰ ਤੁਹਾਡੀ ਐਫਬੀ ਦੇਖ ਕੇ ਦਿਲ ਖੁਸ਼ ਤੇ ਔਰ ਦਿਲੋਂ ਤੁਹਾਡੇ ਵਾਸਤੇ ਦੁਆ ਹੈ। ਠੀਕ ਹੋ ਗਿਆ ਜੀ, ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਵੱਲ ਮੁਲਾਕਾਤ ਕਰੇ ਸੂੰ। ਠੀਕ ਹੋ ਗਿਆ ਜੀ। ਜੀ ਬਾਈ ਜਾਨ, ਹੁਣ ਦਿਓ ਆਪਣੇ ਬਿਰਾ ਬਿਲਾਲ ਮਲੰਗੀ ਕਿ ਇਜਾਜ਼ਤ, ਇਹ ਤੁਹਾਡੇ ਵਾਸਤੇ ਇੱਕ ਅਸਾਂ ਨਵੀਂ ਐਫਬੀ ਗਿਣ ਕੇ ਐਸੇ, ਉਮੀਦ ਕਰੇ ਨੇ ਤੁਸੀਂ ਖੁਸ਼ ਥੀ ਸੋ ਇਹ ਗੱਡੀ ਦੇਖ ਕੇ। ਮੈਂ ਥੰਬਨੇਲ ਦੇ ਉੱਤੇ ਇਹਦਾ ਸੋਹਣਾ ਜਿਹਾ ਤਸਵੀਰ ਫੋਟੋ ਲਾ ਦੇ ਸਾਂ ਅਤੇ ਦੁਆ ਕਰਾਏ ਸਾਡੇ ਹੱਕ ਦੇ ਵਿੱਚ। ਮਿਲਦੇ ਹਾਂ ਕਈ ਆਉਣ ਵਾਲੀ ਵੀਡੀਓ ਦੇ ਵਿੱਚ। ਖੁਦਾ ਹਾਫਿਜ਼।